हाँ बहुत बहुत बंदे देखने गए सुनू। हाँ वधिया दुआवां देंदे सारे। नहीं नहीं गुड मॉर्निंग, गुड मॉर्निंग। ठंड इदां जिवें पहुंचे हुई है बिच कनेडा। समा रात दे 11:15 बज गए ने ते पूरी कुल्फी जवाऊ ठंड हैगी। ओ जिथे लाइट जी चमकरी हुंदी आ ते उत्थे ओ गगू। हां 4 बज गए बस अही कुछ चली जांदा। उम्मीद दे सारे दुनिया कहें वा परमात्मा तुहाडी यात्रा सफल करे। ਸਤਿ ਸ੍ਰੀ ਅਕਾਲ। ਉਹ ਕਿਤੇ ਨੇਰੇ ਚ ਕਾਲੀ ਕੁੱਤੀ ਦੇ ਨਾਲ ਬੈਠੇ ਰਹੋ ਉਵੇਂ ਹੋ ਜੇ ਕਿਤੇ ਸੇਠਾਂ ਵਾਲੀ ਗੱਲ। ਰਾਹ ਸਿੱਧਾ ਪਰ ਹਵਾ ਵਾਲਾ ਕੰਮ ਟੇਢਾ। ਠੰਡ ਇਦਾਂ ਜਿਵੇਂ ਪਹੁੰਚੇ ਹੋਈਏ ਵਿੱਚ ਕੈਨੇਡਾ ਤੇ ਸਮਾਂ ਰਾਤ ਦੇ 9 ਵਜੇ ਹੋਏ ਨੇ ਤੇ ਮੋਟਰਾਂ ਦੀ ਲਾਈਟ ਆਈ ਆ ਤੇ ਮੈਂ ਤੇ ਗੱਗੂ ਹੁਣੇ ਖੇਤ ਆਇਆ। ਹਵਾ ਵਾਲਾ ਕੰਮ ਪੂਰਾ ਤੇਜ਼ ਹੈਗਾ। ਅੰਤਾਂ ਦੀ ਠੰਡ 'ਚ ਮਰ ਕੇ ਜਿਹੜੇ ਅਨਾਜ ਪੈਦਾ ਕਰਦੇ ਨੇ ਉਹਨਾਂ ਨੂੰ ਖਤਮ ਕਰਨ ਨੂੰ ਫਿਰਦੇ ਆ ਜਿਹੜੇ ਸਾਰੇ ਮੁਲਕ ਦਾ ਢਿੱਡ ਭਰਦੇ ਨੇ। ਅਤੇ ਖੈਰ ਪੰਜਾਬੀਆਂ ਦੀ ਪੰਜਾਬ ਦੀ ਹੋਂਦ ਇੰਨੀ ਛੇਤੀ ਨਹੀਂ ਮਿਟਦੀ ਜਿੰਨਾ ਚਿਰ ਆਪਣਾ ਇੱਕ ਹੈਗਾ। ਅਤੇ ਬਾਕੀ ਬਲੌਗ ਆਪਣਾ ਹੁਣੇ ਸਟਾਰਟ ਕਰ ਲਿਆ ਇੱਥੋਂ ਰਾਤ ਨੂੰ ਅਤੇ ਦਿਖਾਉਂਦੇ ਆਪਣਾ ਸਾਰਾ ਟਾਈਮ ਤੁਹਾਨੂੰ ਕਰਾਉਂਦੇ ਹਾਂ ਇੰਜੋਏ। ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ 'ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਪਹਿਲੀਆਂ 'ਚ ਕਰ ਲਿਓ। ਅਤੇ ਗੱਗੂ ਅੱਗੇ ਗਿਆ ਪਾਣੀ ਦੇਖਣ ਅਤੇ ਲਾਈਟ ਆ ਗਈ ਸ਼ਾਇਦ 8:00 ਅੱਜ 8:45 ਵਜੇ ਆਉਂਦੀ ਹੁੰਦੀ ਆ। ਅਤੇ ਇਸਨੇ ਮੈਨੂੰ ਫੋਨ ਕਰਿਆ ਕਹਿੰਦਾ ਲਾਈਟ ਆ ਗਈ ਸੀ ਚੱਲੀਏ। ਅਤੇ 10 ਫਿਰ ਪਹੁੰਚ ਗਿਆ। 9:15 ਦਾ ਟਾਈਮ ਹੋ ਗਿਆ ਹੋਊਗਾ। ਅਤੇ ਖੈਰ ਹਵਾ ਠੰਡ ਪੂਰੀ ਤੇਜ਼ ਆ ਅਤੇ ਇੰਤਜ਼ਾਮ ਆਪਣੇ ਪੂਰੇ ਪੁਖਤਾ ਕਰਕੇ ਆਏ ਆ। ਕਿਵੇਂ ਮਾਹੌਲ? ਪਈ ਜਾਂਦਾ ਪਾਣੀ? ਗੀੜਾ ਮਾਰਿਆ ਖਾਲ ਤੇ? ਤੁਰੀ ਆ? ਹਾਂ ਉੱਧਰ ਜਾ ਉਹ ਤੱਕ ਆਇਆ। ਕਿੱਥੇ ਕੀ ਕਹਿੰਦਾ ਸੀਗਾ? ਪਾਣੀ ਦਾ ਹਜੇ ਕਰ ਕਦੇ ਨਹੀਂ ਟੁੱਟਿਆ। ਹਾਂ ਕਿੱਲੇ ਹੀ ਛੱਡੇਗਾ, ਕਿੱਲੇ ਲੱਗ ਗਿਆ। ਕਿੱਲੇ 'ਚ ਬਾਹਲਾ ਫਿਰ ਆਪਾਂ ਕਿਹੜਾ ਕਿਹੜਾ ਕਰਕੇ ਲਾ ਦੇਣੇ ਦਵਾਈ ਗਏ? ਹੈਂ ਕਿਹੜਾ ਕਿਹੜਾ ਕਰਕੇ ਲਾ ਦੇਣੇ ਦਵਾਈ ਗਏ? ਪਈ ਜਾਂਦੇ। ਹੈਂ ਉਹ ਫਿਰ ਪਈ ਜਾਂਦੇ। ਲਾਈਟ ਭੱਜ ਜਾਂਦੀ ਆ 2 ਘੰਟੇ ਆ ਕੇ। ਧੁੰਦ ਪਈ ਬਾਹਲੀ ਜ਼ਿਆਦੇ ਪੈਂਦੀ ਆ। ਠੀਕ ਆ ਜੀ। ਤੇ ਕਈ ਵਾਰੀ ਐਵੇਂ ਹੋ ਜਾਂਦਾ ਕੰਮ 2-3 ਦਿਨ ਹੋ ਗਏ, ਘੰਟਾ ਡੂਢ 2-2.5 ਘੰਟੇ ਲਾਈਟ ਆ ਕੇ ਚਲੀ ਜਾਂਦੀ ਆ। ਧੁੰਦ 'ਚ ਫਿਰ ਉਹ ਜਿਵੇਂ ਆਪਣੇ ਦਰਖਤ ਰੁਖਤ ਤਾਰਾਂ ਨਾਲ ਅਲੱਗ ਲੁੱਕ ਜਾਂਦੇ ਅਤੇ ਕਈ ਵਾਰੀ ਕਿਤੋਂ ਕੱਟ ਵੱਢ ਹੋ ਜਾਂਦੀ ਆ ਲਾਈਟ ਦੀ ਅਤੇ 2-3 ਦਿਨ ਐਂ ਕੰਮ ਹੋਈ ਜਾਂਦਾ ਗਾ। ਅਤੇ ਅੱਜ ਫਿਰ ਅਸੀਂ ਆਪਦਾ ਲੰਗੜ ਕੱਸ ਕੇ ਆ ਗਏ ਖੇਤ। ਅਤੇ ਹੁਣ ਹੁੰਦੇ ਆ ਇੱਥੇ ਲੜੋ ਪੀਂਗ ਕੱਲ੍ਹ ਤੋਂ ਕਰਦੇ ਕਰਦੇ ਇਕੱਲਾ ਇਕੱਲਾ ਲਿਆਵਾਂਗੇ ਸਾਰੇ ਘਰੇ। ਜਦੋਂ ਆਈ ਗਏ ਇੱਥੇ ਕਰਨਾ ਕੀ ਆ ਫਿਰ ਘਰੇ ਸੌ ਜਾਂਦੇ ਕਿ ਖੇਤ ਆ ਕੇ ਠੰਡ ਮਰਨਾ ਸੀਗਾ। ਐ ਨਹੀਂ ਕਰ ਦਿੰਦੇ ਜਵਾਕਾਂ ਵਾਲੀ ਗੱਲਾਂ। ਫਿਰ ਕੱਲ੍ਹ ਨੂੰ ਫਿਰ ਆਵਾਂਗੇ, ਅੱਜ ਰਹਿ ਗਿਆ ਤਾਂ ਲਾਵੇ ਨੂੰ ਚੱਜ ਨਾਲ ਨੱਕਾ ਤਾਂ ਐਂ ਨਾ ਕਰ, ਬਰਾਬਰ ਕਰਦੇ ਹੁੰਦੇ ਕਦੇ। ਕਰਦੇ ਇੱਕ ਕਾਚੀ ਹੋਰ ਪੋਲ ਪੋਲ ਜੀ ਨਹੀਂ ਕਰਦੇ ਤਾਂ ਵਧੀਆ ਮਾਰ ਉਹਨੂੰ ਟਿਕਾ ਕੇ ਨੱਕੇ ਨੂੰ। ਜਿਵੇਂ ਜਿਵੇਂ ਰਾਤ ਵਧੀ ਜਾਂਦੀ ਆ ਉਵੇਂ ਉਵੇਂ ਧੁੰਦ ਵਧੀ ਜਾਂਦੀ ਆ। ਉਹ ਜਿੱਥੇ ਲਾਈਟ ਜੀ ਚਮਕਰੀ ਹੁੰਦੀ ਆ ਅਤੇ ਉੱਥੇ ਮੋੜੀ ਜਾਂਦਾ ਗੱਗੂ ਨੱਕਾ। ਅਤੇ ਸਮਾਂ ਰਾਤ ਦੇ 11:15 ਵੱਜ ਗਏ ਨੇ ਅਤੇ ਪੂਰੀ ਕੁਲਫੀ ਜਵਾਊ ਠੰਡ ਹੈਗੀ। ਇੱਥੇ ਚੋਰ ਮੋਰੀ ਵਿੱਚ ਦੀ ਵੜ ਕੇ ਕਰਦੇ ਹਾਂ ਇੱਥੇ ਥੋੜ੍ਹਾ ਜਿਹਾ ਰੈਸਟ ਅਤੇ ਹੁੰਦੇ ਹਾਂ ਇੱਥੇ ਲੌਮਲੇਟ। ਸਮਾਂ 3:16 ਆ, ਦੇਖ ਲਓ ਇੱਧਰ ਜੱਟ ਥੱਲੇ ਲੇਟ ਗਿਆ ਕਿ ਕਰਾੜੇ ਛੱਡੀ ਜਾਂਦਾ। ਚਾਰ ਵੱਜ ਗਏ, ਦੇਖ ਲਾ ਕਿਹੜਾ ਫਿਰ ਚੱਲਾਂ ਘਰਾਂ ਨੂੰ। ਕਿਵੇਂ ਹੋਈ ਗਈ? ਟਾਈਮ ਵੀ 4:30 ਦਾ ਹੋ ਗਿਆ। ਚਲੋ।
ਸਮਾਂ ਸਵੇਰੇ ਦੇ 5 ਵਜੇ ਦਾ ਭਾਈ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆਪਣੇ ਨਵੇਂ ਬਲੌਗ 'ਚ ਅਤੇ ਅੱਜ 8/23/2022 ਅਤੇ ਦਿਨ ਸ਼ੁੱਕਰਵਾਰ ਦਾ ਭਾਈ ਅਤੇ ਜੀ ਐਂ ਨੂੰ ਆਖਦਿਆਂ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਆਜੋ ਭਾਈ ਆਜੋ ਲੰਘ ਜਾਓ ਅਤੇ ਚੱਲਿਆ ਹੁਣ ਜਿੰਮ ਦੀ ਡਿਊਟੀ ਤੋਂ 4:45 ਆਇਆ ਖੇਤੋਂ ਵਾਪਸ ਅਤੇ ਠੰਡ ਹੈਗੀ ਆ ਵਧੀਆ ਸੁੱਖ ਨਾਲ ਅਤੇ ਧੁੰਦ ਥੋੜ੍ਹੀ ਜਿਹੀ ਅੱਜ ਘੱਟ ਆ ਮਤਲਬ ਬਾਹਲੀ ਜ਼ਿਆਦਾ ਸੰਘਣੀ ਨਹੀਂ ਹੈਗੀ ਆ ਦੂਰ ਤੱਕ ਹਲੇ ਦਿਖ ਰਿਹਾ ਵਧੀਆ ਮੋਟਰਸਾਈਕਲ ਵੀ ਠੀਕ ਆ ਗਿਆ ਸੀ ਆਪਣਾ ਘਰ ਅਤੇ ਬਾਕੀ ਦੇਖਿਓ ਬਲੌਗ ਨੂੰ ਐਂਡ ਤੱਕ ਅਤੇ ਨਵੇਂ ਆਏ ਚੈਨਲ 'ਤੇ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਸਮਾਂ ਸਵੇਰੇ ਦੇ 5:15 ਦਾ ਹੋ ਗਿਆ ਅਤੇ ਹਵਾ ਹੋ ਰਹੀਆਂ ਵਧੀਆ ਤੇਜ਼ ਚੱਲ ਰਹੀਆਂ ਨੇ ਅਤੇ ਜਿੰਮ ਆਪਣੀ ਓਪਨ ਕਰ ਲਈ ਆ ਅਤੇ 2000 ਗੱਭਰੂ ਹੁਣੇ ਆਉਣ ਵਾਲੇ ਨੇਗੇ ਅਤੇ ਜਿੰਮ ਦੀ ਡਿਊਟੀ ਆਪਣੀ ਸ਼ੁਰੂ ਹੋ ਗਈ ਆ ਅਤੇ ਇਸ ਵੇਲੇ ਤਾਂ ਆ ਕੇ ਇੱਥੋਂ ਇਹ ਲੱਗਦਾ ਹੁੰਦਾ ਕਿਹੜੇ ਵੇਲੇ ਸਵੇਰੇ ਡਿਊਟੀ ਪੂਰੀ ਹੋਵੇ ਅਤੇ ਘਰ ਜਾ ਕੇ ਕੰਮ ਕਾਰ ਕਰਕੇ ਆਪਦਾ ਜੁੱਬੜ ਮੱਲੀਏ ਅਤੇ ਬਾਕੀ ਇਹੀ ਜ਼ਿੰਦਗੀ ਦੇ ਚੱਕਰ ਨੇ ਕਦੇ ਸੁਬਹਾ ਸ਼ਾਮ ਬਸ ਚੱਲਦੀ ਰਹਿਣੀ ਆ ਕਦੋਂ ਦਿਨ ਹੋ ਗਿਆ ਕਦੋਂ ਰਾਤ ਹੋ ਗਿਆ ਅਤੇ ਬਸ ਇਹੀ ਕੁਛ ਚੱਲੀ ਜਾਂਦਾ ਉਮੀਦ ਦੇ ਸਾਰੇ ਦੁਨੀਆ ਕਾਇਮ ਆ ਅਤੇ ਬੰਦੇ ਨੂੰ ਰੋਜ਼ ਉਮੀਦ ਹੁੰਦੀ ਆ ਅੱਜ ਚੰਗਾ ਹੋਜੂਗਾ ਕੱਲ੍ਹ ਨੂੰ ਹੋਰ ਜ਼ਿਆਦਾ ਚੰਗਾ ਹੋਜੂਗਾ ਅਤੇ ਬਾਕੀ ਚੈੱਕ ਬਈ 8:20 ਅਤੇ ਛੁੱਟੀ ਦਾ ਟਾਈਮ ਹੋ ਗਿਆ ਅਤੇ ਬਾਹਰ ਦੀ ਠੰਡ ਦਾ ਨਜ਼ਾਰਾ ਪੂਰਾ ਘੈਂਟ ਹੋਈ ਜਾਂਦਾ ਜਿਵੇਂ ਜਿਵੇਂ ਦਿਨ ਚੜ੍ਹੀ ਜਾਂਦਾ ਅਤੇ ਉਵੇਂ ਉਵੇਂ ਹਵਾ ਹੋ ਰਹੀਆਂ ਹੋਰ ਤੇਜ਼ ਹੋਈ ਜਾਂਦੀਆਂ ਨੇ ਅਤੇ ਮੌਸਮ ਪੂਰਾ ਚੰਦਰਾ ਹੋਇਆ ਝੰਡੀ ਤੋਂ ਹਿਸਾਬ ਲਾ ਸਕਦੇ ਹਾਂ ਸੇਠਾਂ ਦੀ ਝੰਡੀ ਸਾਡਾ ਮੀਟਰ ਆ ਉਸਨੂੰ ਅੰਦਰ ਬੈਠੇ ਬੈਠੇ ਦੇਖ ਕੇ ਹਿਸਾਬ ਲਾ ਲੈਂਦੇ ਹਾਂ ਮੌਸਮ ਭਾਈ ਕਿਹਾ ਜਾਗਾ ਅਤੇ ਬਾਕੀ ਬਾਏ ਬਾਏ ਜਿੰਮ ਮਿਲਦੇ ਹਾਂ ਸ਼ਾਮ ਨੂੰ ਹਾਂ ਕੀ ਹਾਲ ਆ ਲਓ ਭਾਈ ਸੋਡੀ ਬਣਾ ਲਈ ਵੀਡੀਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਠੀਕ ਹੈ ਕਿੱਧਰ ਚੱਲਿਆ ਇਹਨਾਂ ਨੂੰ ਛੱਡਣ ਬੱਚੇ ਚੜਾਉਣ ਆਇਆ ਸੀ ਬੈਂਕ ਤੇ ਯਾਰ ਸਕੂਲ ਵਰਦੀਆਂ ਪੁਰਦੀਆਂ ਗੇਮਾਂ ਚੱਲ ਰਹੀਆਂ ਠੀਕ ਹੈ ਚਲੋ ਵਧੀਆ ਘੈਂਟ ਹੋ ਚੱਲ ਲਓ ਨਜ਼ਾਰੇ ਤੜਕੇ ਦੇਖ ਲਿਓ ਤੁਸੀਂ ਆ ਜਾਓਗੇ ਵੀਡੀਓ 'ਚ ਠੀਕ ਹੈ ਕੱਲ੍ਹ ਬਣਾਈ ਨਹੀਂ ਸੀ ਕੱਲ੍ਹ ਵੀ ਬਣਾਈ ਸੀ ਤੁਸੀਂ ਆਏ ਹੋ ਵਿੱਚ ਹਾਂਜੀ ਗੁੱਡ ਮੋਰਨਿੰਗ ਗੁੱਡ ਮੋਰਨਿੰਗ ਗੁੱਡ ਮੋਰਨਿੰਗ ਕਹੋ ਪਹਿਲਾਂ ਨਹੀਂ ਨਹੀਂ ਗੁੱਡ ਮੋਰਨਿੰਗ ਹਾਂ ਹੋਰ ਸਾਰੇ ਠੀਕ ਠਾਕ ਹੋ ਐਂ ਪੁੱਛ ਲਓ ਹਾਂ ਬਹੁਤ ਬਹੁਤ ਬੰਦੇ ਦੇਖਣਗੇ ਤੁਹਾਨੂੰ ਹਾਂ ਵਧੀਆ ਦੁਆਵਾਂ ਦਿੰਦੇ ਆ ਸਾਰੇ ਵਧੀਆ ਇਹ ਤਾਂ ਲੈ ਆਇਆ ਲੱਸੀ ਹੈ ਚਲੋ ਵਧੀਆ ਗੱਲ ਆ ਓਏ ਸਾਈਡ ਤੇ ਹੋ ਕੇ ਖੜੋ ਬੇਟੇ ਆਹ ਟਰੈਕਟਰ ਆ ਜਾਂਦਾ ਵਧੀਆ ਠੀਕ ਠਾਕ ਸਾਰੇ ਵਧੀਆ ਠੀਕ ਠਾਕ ਆਪ ਦੱਸੋ ਤੂੰ ਹੀ ਸੇਕ ਲਓ ਆ ਚੱਲੇ ਮੈਂ ਯਾਤਰਾ ਦੇ ਪਿੰਡ ਆਪਣੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਚਲੋ ਚੰਗੀ ਗੱਲ ਆ ਭਾਈ ਨਿੱਕੀਆਂ ਜਿੰਦਾ ਵੱਡਾ ਸਾਕਾ ਪ੍ਰਣਾਮ ਸ਼ਹੀਦਾਂ ਨੂੰ ਅਤੇ ਚੱਲੇ ਸਰਹੰਦ ਭਾਈ ਪਿੰਡੋਂ ਆਪਣੇ ਟਰਾਲੀ ਇਹਦੇ ਦਿਲ ਤੇ ਕੀ ਬੀਤੀ ਹੋਵੇਗੀ ਉਹ ਕਿਵੇਂ ਨੰਬਰਦਾਰ ਆ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਉਹ ਕਿਵੇਂ ਹੋ ਸੱਜਣਾ ਤੁਹਾਡੀ ਤੂੰ ਹੀ ਮੱਠੀ ਮੱਠੀ ਚੱਲਦੀ ਨਜ਼ਰ ਆਉਂਦੀ ਆ ਬਹੁਤ ਆ ਉਹ ਕਿਤੇ ਹਨੇਰੇ ਚ ਕਾਲੀ ਕੁੱਤੀ ਦੇ ਨਾਲ ਬੈਠੇ ਰਹੋ ਉਵੇਂ ਹੋ ਜਾਏ ਕਿਤੇ ਸੇਠਾਂ ਵਾਲੀ ਗੱਲ ਲੱਕੜਾਂ ਦਾ ਤੋੜਾ ਭਾਈ ਨਰਮਾ ਹੋਇਆ ਨਹੀਂ ਛੜੀਆਂ ਤੋੜਾ ਪੈ ਗਿਆ ਅੱਗੇ ਤਾਂ ਜਦੋਂ ਜੀ ਕਰਦਾ ਸੀਗਾ ਆਹ ਸਾਹਮਣੇ ਇੱਥੇ ਲੱਦਿਆਂ ਦੇ ਲੱਦੇ ਹੁੰਦੇ ਸੀ ਉਹ ਟਰਾਲੀਆਂ ਧਰਨ ਨੂੰ ਥਾਂ ਨਹੀਂ ਹੁੰਦਾ ਸੀ ਛੜੀਆਂ ਇੰਨੀਆਂ ਹੁੰਦੀਆਂ ਸੀ ਚੱਕ ਕੇ ਥੱਬਾ ਧਰ ਲੈਂਦੇ ਸੀ ਜਦੋਂ ਜੀ ਕਰਦਾ ਸੀ ਕਹਿੰਦੇ ਗੁਰਪ੍ਰੀਤ ਅਤੇ ਹੁਣ ਭਾਈ ਆ ਲੱਕੜ ਜੀ ਮੈਨੂੰ ਲੱਗਦਾ ਕਿਤੋਂ ਪਤਾ ਨਹੀਂ ਕਿੱਥੋਂ ਲਿਆ ਭਾਲ ਕੇ ਮੰਗਦਾ ਕਿ ਇੱਕ ਛੋਟਾ ਜਿਹਾ ਟੁਕੜਾ ਹੋਰ ਵਧੀਆ ਸਿਹਤਾਂ ਅਤੇ ਭਾਈ ਸਾਡਾ ਛੱਪੜ ਜਿਹੜਾ ਅਸੀਂ ਰੋਜ਼ ਤੁਹਾਨੂੰ ਧੱਕੇ ਨਾਲ ਦਿਖਾਉਂਦੇ ਰਹਿਣਾ ਅਤੇ ਸਾਡਾ ਪਿੰਡਾਂ ਵਾਲਿਆਂ ਦੀ ਇਹੀ ਲੇਕ ਆਉਂਦੀ ਹੈਗੀ ਇੱਥੇ ਸਾਨੂੰ ਤਾਂ ਚੰਡੀਗੜ੍ਹ ਵਰਗਾ ਲੱਗਦਾ ਮਾਹੌਲ ਕਿ ਨਹੀਂ ਅਤੇ ਬਾਕੀ ਧੁੰਦ ਥੋੜ੍ਹੀ ਜਿਹੀ ਘਟੀ ਆ ਅਤੇ ਠੰਡ ਵਧੀ ਹੈਗੀ ਠੀਕ ਆ ਭਰਾਓ ਸਾਰੇ ਚਲੋ ਲਓ ਨਜ਼ਾਰੇ ਅਤੇ ਆਪਾਂ ਵੀ ਵੱਧਦੇ ਹਾਂ ਅੱਗੇ ਘਰ ਵੱਲ ਨੂੰ ਸ਼ਾਮ ਦਾ ਸਮਾਂ ਅਤੇ ਅੱਜ ਦਿਨ 'ਚ ਵੀਡੀਓ ਘੱਟ ਹੀ ਬਣਾਈ ਹੋਈ ਕਿਉਂਕਿ ਰਜਾਈ ਹੋ ਰਹੀਆਂ ਨੇ ਦੱਬ ਲਿਆ ਸੀ ਆਪਾਂ ਨੂੰ ਅਤੇ ਆਲਸੋ ਰਹੇ ਭਾਈ ਭਾਰੀ ਪੈ ਗਏ ਸੀਗੇ ਤਾਂ ਆਪਾਂ ਰਜਾਈ 'ਚ ਬੜੇ ਰਹੇ ਦਿਨ 'ਚ ਕਿਉਂਕਿ ਰਾਤ ਖੇਤ ਵੀ ਤੁਰੇ ਫਿਰਦੇ ਰਹੇ ਸੀ ਇਸ ਕਰਕੇ ਥੋੜ੍ਹੀ ਅੱਜ ਦਿਨ 'ਚ ਰੈਸਟ ਫਰਮਾਈ ਅਤੇ ਸਮਾਪਤੀ ਹੈ ਵੀਡੀਓ ਦੀ ਅੱਜ ਉਮੀਦ ਕਰਦਾ ਤੁਸੀਂ
पसंद कर जो आते आते लाइक जरूर कर जो भुलिया ना करो वीर बन के मोटीवेट हो जाने इन्हें सू हौसला हो जाता तो नवे आए चैनल के चैनल को सबसक्राइब जरूर कर लो लाल जी रंग का बटन दब के मेहरबानी जी मिलने कल नवे ब्लॉग नाल सत श्री अकाल जी बहुत बहुत धन्यवाद जी सारा का वीडियो ले समा कढ़न वास्ते तो वीडियो तो क्लिक करने वास्ते तो जुड़े रहो चैनल दे नाल इस तरह सपोर्ट करते रहो प्यार देंदे रहो अपना तो खब्बे तो सज्जी साइड वाले वीडियो ये भी दोनों लाजमी देखो तो विचकार मेरी फोटो तो क्लिक करके चैनल सबसक्राइब कर लो जिन्होंने हाले तक नहीं कराया बिल्कुल फ्री है मिलते हैं कल नूं लाइक करना भुल्यो ना।